ਫਾਜ਼ਿਲਕਾ ਸਮਾਚਾਰ ਵੈਬ ਟੀਵੀ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਕੋਰੋਨਾ ਵਾਇਰਸ ਦੇ ਚਲਦੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸੂਬਾ ਵਾਸੀਆਂ ਵਾਸਤੇ ਨਗਦੀ ਦੀ ਘਾਟ ਨਾ ਆਉਣ ਦੇਣ ਵਾਲੇ ਏਟੀਐਮਾਂ ਵਿੱਚ ਪੈਸੇ ਪਾਉਣ ਵਾਲੇ ਕਰਮਚਾਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਫਿਰੋਜ਼ਪੁਰ ਦੇ ਐਮਪੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮੰਡੀ ਆਨੀਵਾਲਾ ਵਿੱਚ ਜਸਵੀਰ ਸਿੰਘ ਗੁਰਿਆਣਾ, ਸ਼ੀਰਾ ਗੁਰਿਆਣਾ ਤੇ ਸ਼ਹਿਰੀ ਪ੍ਰਧਾਨ ਪ੍ਰਤਾਪ ਭਠੀਜਾ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦੀ ਮਿਹਨਤ ਤੇ ਲਗਨ ਨੂੰ ਸਲਾਮ ਕੀਤਾ ਤੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਤੇ ਉਹਨਾਂ ਨੂੰ ਸੈਨੀਟਾਈਜ਼ਰ ਮਾਸਕ ਵੀ ਵੰਡੇ ਗਏ। ਇਸ ਮੌਕੇ ਤੇ ਬੈਂਕ ਕਰਮਚਾਰੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਵੀ ਕੀਤਾ ਗਿਆ। ਅਰਨੀਵਾਲ ਤੋਂ ਸੁਖਦੀਪ ਸਿੰਘ ਘੁੜਿਆਣਾ ਦੀ ਰਿਪੋਰਟ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਰੀ ਜਿਹੜੀ ਆਪਣੀ ਮੁਲਕ ਦੀ ਦੁਨੀਆ ਹੈ ਕਰੋਨਾ ਦੀ ਬਿਮਾਰੀ ਨਾਲ ਲੜ ਰਹੀ ਹੈ। ਕਰੋਨਾ ਦੀ ਇਸ ਲੜਾਈ ਦੇ ਵਿੱਚ ਜਿੰਨੇ ਸਰਕਾਰੀ ਮੁਲਾਜ਼ਮ ਹੈ, ਕੋਈ ਪੁਲਿਸ ਮੁਲਾਜ਼ਮ ਆ ਜਾਂ ਬੈਂਕਾਂ ਦੇ ਮੁਲਾਜ਼ਮ ਹੈ, ਅਤੇ ਸਭ ਤੋਂ ਵੱਧ ਤਾਂ ਮੈਂ ਕਹੂੰਗਾ ਜਿਹੜੇ ਅੱਜ ਏਟੀਐਮਾਂ ਦੇ ਵਿੱਚ ਕੈਸ਼ ਪਾਉਂਦੇ ਆ ਮੁਲਾਜ਼ਮ, ਜਦੋਂ ਬੈਂਕ ਬੰਦ ਵੀ ਸੀ ਉਦੋਂ ਇਹਨਾਂ ਨੇ ਆਪਦੀਆਂ ਸੇਵਾਵਾਂ ਬੰਦ ਨਹੀਂ ਕੀਤੀਆਂ। ਇਹ ਵਿਚਾਰੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਦੇ ਰਹੇ। ਸੋ ਇਸੇ ਕਰਕੇ ਅੱਜ ਮਨ ਬਣਾਇਆ ਕਿ ਜਿੰਨੇ ਵੀ ਏਟੀਐਮਾਂ ਦੇ ਵਿੱਚ ਪੈਸੇ ਪਾਉਣ ਵਾਲੇ ਮੁੰਡੇ, ਇਹਨਾਂ ਦਾ ਸਾਰਿਆਂ ਦਾ ਮਾਣ ਸਨਮਾਨ ਕੀਤਾ ਜਾਵੇ, ਜਿਹੜੇ ਕਿ ਸਾਡੇ ਵਾਸਤੇ, ਸਾਡੇ ਲੋਕਾਂ ਵਾਸਤੇ ਇਹ ਦਿਨ ਰਾਤ ਆਪਦੀ ਮਿਹਨਤ ਕਰ ਰਹੇ ਆ। ਸੋ ਇਹੀ ਕਾਰਨ ਸੀ, ਜਿੰਨਾ ਸੈਨੀਟਾਈਜ਼ਰ ਹੈ ਜਾਂ ਹੋਰ ਜਿਹੜਾ ਸਮਾਨ ਹੈ, ਮਾਸਕ ਵਗੈਰਾ, ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੁਹੱਈਆ ਕਰਾਇਆ ਗਿਆ ਸੀਗਾ ਸਾਡੇ ਇਸ ਜ਼ਿਲ੍ਹੇ ਵਾਸਤੇ, ਸਾਰੇ ਵਾਸਤੇ, ਹਲਕਾ ਜਲਾਲਾਬਾਦ ਵਾਸਤੇ ਖਾਸ ਕਰ। ਉਹ ਪਿਛਲੇ ਦਿਨ ਇੱਥੇ ਖੁਦ ਆ ਕੇ ਦੇ ਕੇ ਗਏ ਹੈ, ਅਤੇ ਉਹ ਅਸੀਂ ਸਾਰਾ ਤਕਸੀਮ ਵੀ ਕੀਤਾ, ਦਾਣਾ ਮੰਡੀਆਂ 'ਚ ਮਜ਼ਦੂਰਾਂ ਨੂੰ ਵੀ ਵੰਡਿਆ, ਕਿਸਾਨਾਂ ਨੂੰ ਵੀ ਵੰਡਿਆ। ਉਸ ਤੋਂ ਬਾਅਦ ਜਿੰਨੇ ਵੀ ਬੈਂਕਾਂ ਦੇ ਮੁਲਾਜ਼ਮ ਹੈ ਜਾਂ ਪੁਲਿਸ ਮੁਲਾਜ਼ਮ ਹੈ, ਇਹਨਾਂ ਦਾ ਵੀ ਸਾਰਿਆਂ ਨੂੰ ਪਹੁੰਚਾਇਆ ਜਾਊਗਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵੀਰ ਸ੍ਰੀ ਸ਼ੀਰਾ ਜੀ ਨੇ ਜਿਹੜੀ ਮੁਹਿੰਮ ਚਲਾਈ ਹੈ ਮੰਡੀਆਂ ਦੇ ਵਿੱਚ, ਪਹਿਲਾਂ ਸੈਨੀਟਾਈਜ਼ਰ ਵੰਡਿਆ, ਗਲਵਜ਼ ਵੰਡੇ ਜਾਂ ਮਾਸਕ ਵੰਡੇ, ਇਹ ਅੱਜ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬੈਂਕਾਂ ਦੇ ਵਿੱਚ, ਜਿਹੜੇ ਏਟੀਐਮਾਂ ਦੇ ਵਿੱਚ ਸਾਰੇ ਵੀਰ ਲੱਗੇ ਹੋਏ ਨੇ, ਦਿਨ ਰਾਤ ਸੇਵਾ ਕਰ ਰਹੇ ਨੇ, ਉਹਨਾਂ ਨੂੰ ਵੀ ਅੱਜ ਇਹਨਾਂ ਨੇ ਮਾਸਕ ਦਿੱਤੇ ਨਾਲ ਸੈਨੀਟਾਈਜ਼ਰ ਦਿੱਤੇ। ਇੰਨੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਫਾਜ਼ਿਲਕਾ ਅਕਾਲੀ ਦਫ਼ਤਰ ਵੱਲੋਂ ਜਸਵੀਰ ਸਿੰਘ ਘੁੜਿਆਣਾ ਵੱਲੋਂ ਸਾਨੂੰ ਸਨਮਾਨਿਤ ਕੀਤਾ ਗਿਆ। ਅਸੀਂ ਜਨਤਾ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਹਾਂ, ਜਿਸ ਦਿਨ ਤੋਂ ਲੋਕਡਾਊਨ ਚੱਲ ਰਿਹਾ, ਲਗਾਤਾਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਕਿ ਸਾਡੇ ਤੱਕ ਪਹੁੰਚ ਕੇ ਵੀ ਸਾਡੇ ਬਾਰੇ ਵੀ ਇਹਨਾਂ ਸੋਚਿਆ, ਅਸੀਂ ਜਨਤਾ ਬਾਰੇ ਸੋਚਿਆ।